ਬਲ ਬੋਲਦਾ ਜੀ ਹਾਂਜੀ ਪ੍ਰੀਤ ਬੋਲ ਪ੍ਰਗਟ ਜੀ ਰਿਹਾ। ਹਾਂਜੀ ਉਹ ਮਹਾਰਾਜ ਸਾਰੀ ਨਾ ਮੈਂ ਪੰਜਾਬ ਦੀ ਮਾੜੀ ਹਾਲਤ ਦੇ ਕਾਰਨ ਆ। ਇਹ ਮਾਲਟਾ ਕਾਂਡ ਕਿੰਨੇ ਸਾਲ ਪਹਿਲਾਂ ਹੋ ਚੁੱਕਾ ਜੀ। ਤੇ ਲੋਕੀਆਂ ਦੇ ਨਸ਼ੇ ਵੱਡੀ ਕਾਰਨ ਆ। ਨਸ਼ਿਆਂ ਕਰਕੇ ਸਾਰੇ ਮੁੰਡੇ ਨਸ਼ਿਆਂ 'ਚ ਰੁੱਝਦੇ ਜਾਂਦੇ। ਉਹ ਆਉਂਦੇ ਸਾਰੇ ਕਿੱਲੇ 'ਚ ਉਹਨੇ ਖਾਣੇ, ਆਪਣਾ ਮਰ ਵੀ ਜਾਣਾ 35-36 ਸਾਲ 'ਚ। ਤੇ ਇੱਕ ਕਿੱਲਾ ਵੇਚ ਕੇ ਜੇ ਮੁੰਡਾ ਬਾਹਰ ਚੱਲ ਜਾਵੇ ਤੇ ਆਪਣੇ ਨਾਲੇ ਗਲੋਂ ਲੈ ਜੂਗਾ ਤੇ ਨਾਲੇ ਖੋਰਿਆਂ ਭੱਜ ਜਾਵੇ। ਤੇ ਜੇ ਕਈ ਫਿਰ ਉਹ ਜਿੱਦਾਂ ਪਹੁੰਚ ਜਾਂਦੇ ਆ ਕਿਸੇ ਤਰ੍ਹਾਂ, ਸਾਰੇ ਮਰ ਵੀ ਨਹੀਂ ਜਾਂਦੇ ਤੇ ਸਾਰੇ ਪਹੁੰਚ ਵੀ ਨਹੀਂ ਜਾਂਦੇ। ਜੇ ਉਹ ਪਹੁੰਚ ਜਾਂਦੇ ਤੇ ਸਮਝਦੇ ਵੀ ਮੁੰਡਾ ਸਾਡਾ ਅਮਰੀਕਾ ਚੱਲ ਗਿਆ, ਭੱਜ ਗਿਆ। ਬਲ ਜੀ ਇਹ ਦੱਸੋ, ਜਦੋਂ ਇਹ ਫਾਈਨਲੀ ਜਿਹੜੇ ਜਿਹੜੇ ਪਹੁੰਚ ਜਾਂਦੇ ਆ ਉੱਥੇ, ਉਹ ਤੁਹਾਨੂੰ ਲੱਗਦਾ ਵੀ ਕਰੀਬ ਕਰੀਬ ਸਾਰੇ ਹੀ ਉੱਥੇ ਆ ਕੇ ਫਿਰ ਕਾਮਯਾਬ ਹੋ ਜਾਂਦੇ ਆ? ਕਿਸ ਤਰ੍ਹਾਂ ਦੀਆਂ ਨੌਕਰੀਆਂ ਕਰਦੇ ਆ? ਉਹ ਪਹਿਲਾਂ ਹੋ ਜਾਂਦੇ ਸੀ ਜੀ, ਟੈਰੋਰਿਸਟ ਦਾ ਕੇਸ ਪਾ ਕੇ ਪੋਲੀਟੀਕਲ ਬੇਸ ਤੇ ਮਿਲ ਜਾਂਦੀ ਸੀ PR। ਅੱਜ ਕੱਲ੍ਹ ਉਹ ਕੰਮ ਲੋਕ ਇੱਥੋਂ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਝੂਠਾ ਹੀ ਸਾਰਾ ਪਰਪੰਚ ਬਣਾਇਆ ਨਾ ਜੀ, ਕਾਫੀ ਉਹ ਹੁਣ ਨਹੀਂ ਮਿਲਦੀ। ਤੇ ਜਿਹੜੇ ਉਹ ਪਹਿਲਾਂ ਮਿਲ ਜਾਂਦੇ ਸੀ ਉਹਨਾਂ ਨਾਲ ਵੇਖ ਕੇ ਆਈ ਜਾਂਦੇ ਆ ਬਹੁਤ ਮੁੰਡੇ ਜਿਹੜੇ ਰਾਜਨੀਤਿਕ ਪਨਾਹ ਲੈ ਚੁੱਕੇ ਇੱਥੇ। ਪਰ ਜਿਹੜੇ ਬਾਅਦ 'ਚ ਵੀ ਮੈਂ ਸੁਣਿਆ ਵਾ ਵੀ ਹਰ 5-7-10 ਸਾਲਾਂ ਬਾਅਦ ਜਿਹੜੇ ਇਲੀਗਲ ਹੁੰਦੇ ਉਹਨਾਂ ਨੂੰ ਫਿਰ ਲੀਗਲ ਨਹੀਂ ਹੋ ਜਾਂਦੇ ਉੱਥੇ ਆ ਕੇ? ਨਹੀਂ, ਅਜੇ ਕਈ ਸਾਲ ਹੋ ਗਏ ਜੀ ਮੁੜਕੇ ਨਹੀਂ ਕੀਤੇ, ਰੌਲਾ ਹੀ ਆ। ਬਾਕੀ ਇਕੱਲੇ ਮੁੰਡਿਆਂ ਦੀ ਗੱਲ ਨਹੀਂ, ਕੁੜੀਆਂ ਦੀ ਵੀ ਗੱਲ ਹੈ। ਕੱਲ ਮੈਂ ਇੱਕ ਯੂਟਿਊਬ ਤੇ ਕੁੜੀ ਵੇਖਣ ਡਿਆ ਸੀਗਾ ਜੇ ਰੋਣ ਡੇ ਹੀ ਵੀ ਇੱਥੋਂ ਵਿਆਹ ਕਰਕੇ ਠੱਗ ਜਾਂਦੇ ਆ, 25-25, 30-30, 40-40 ਲੱਖ ਰੁਪਈਆ ਉਹਨਾਂ ਕੋਲ ਦਾਜ ਦੇ ਦੇ ਬਹਾਨੇ ਲੈ ਲੈਂਦੇ ਆ ਤੇ ਇੱਥੇ ਆਣ ਕੇ ਉਹਨਾਂ ਨੂੰ ਗੁਮਰਾਹ ਕਰਕੇ ਛੱਡ ਦਿੰਦੇ ਆ। ਇਹ ਬਾਹਰ ਇੱਥੇ ਜਿਹੜੇ ਦੁਖੀ ਲੋਕ ਨੇ ਉਹ ਚਾਹੁੰਦੇ ਆ ਵੀ ਬੱਚਾ ਬਾਹਰ ਚੱਲ ਜੇ, ਸਾਡੇ ਜਿਹੜੀ ਪੌੜੀ ਕੁੜੀ ਵਿਆਹ ਤੀ ਪੌੜੀ ਬਣ ਜੂ, ਮੁੰਡਾ ਵਿਆਹ ਤਾਂ ਉਹਦੀ ਜਾਨ ਬਚ ਜੂ ਜੀ। ਤੇ ਇੱਥੇ ਆਤਮ ਹੱਤਿਆ ਕਰਦੇ ਕਈ ਮੁੰਡੇ, ਫਿਰ ਰੁਜ਼ਗਾਰ ਨਹੀਂ ਮਿਲਦਾ। ਚੰਗੇ ਚੰਗੇ ਘਰਾਂ ਦੇ ਮੁੰਡੇ ਜਿਹੜੇ ਨੇ ਪੈਸੇ ਖਰਚ ਕੇ ਆਉਂਦੇ ਜਾਂ ਹੋਟਲ ਤੇ ਗੈਰ ਕਾਨੂੰਨੀ ਭਾਂਡੇ ਮਾਂਜਣ ਤੇ ਲਾਉਂਦੇ ਆ, ਇਹਨਾਂ ਨੂੰ ਕੋਈ ਰੁਜ਼ਗਾਰ ਵੀ ਨਹੀਂ ਇੱਥੇ ਦੇ ਕੇ ਰਾਜੀ ਜੀ। ਸੋ ਤੁਹਾਡਾ ਮਤਲਬ ਇਹ ਆ ਵੀ ਬਹੁਤ ਸਾਰੇ ਜਿਹੜੇ ਉੱਥੇ ਨੌਜਵਾਨ ਪਹੁੰਚਦੇ ਆ ਉਹਨਾਂ ਦਾ ਉੱਥੇ ਵੀ ਲੋਕ ਇਸਤੇਮਾਲ ਕਰਦੇ ਆ, ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦੇ ਔਰ ਉਹਨਾਂ ਨੂੰ ਥੋੜ੍ਹੇ ਪੈਸਿਆਂ 'ਤੇ ਉੱਥੇ ਲੋਕ ਕੰਮ ਕਰਵਾਉਂਦੇ, ਉਹਨਾਂ ਦਾ ਫਾਇਦਾ ਨਜਾਇਜ਼ ਫਾਇਦਾ ਜਿਹੜਾ ਵਾ ਉਹ ਉਠਾਉਣ ਦੀ ਕੋਸ਼ਿਸ਼ ਕਰਦੇ ਆ। ਪ੍ਰਗਟ ਜੀ ਬਹੁਤ ਬਹੁਤ ਧੰਨਵਾਦ।